ಸರ್ಕಾರ
ਚਾਰਜਿੰਗ ਨੂੰ ਉਸ ਦਾ ਫਰਨ ਆਇਆ ਤੇ ਦੇ ਦਾ ਪਤਾ ਇਹ ਕਿਹੜੇ ਕਿਹੜੇ ਮੇਰੇ ਵੀ ਇਹ ਤੁਸੀਂ ਕਿਸੇ ਵੀ ਨਾਮ ਲਿਖ ਸਕਦੇ ਜੀ ਆਈ ਨੋ ਉਸ ਨੂੰ ਦੇ ਦਾ ਕੁਝ ਤੁਸੀਂ ਜਿਹੜੀ ਵੀ ਰੋਕ ਦੇ ਅਰੇ ਪਤਾ ਕਰੋ ਰੋਕ ਲੱਗ ਜਿੱਦੀ ਦੇ ਨਾ ਪਤਾ ਉਸ ਨੂੰ ਸੀ ਤਾਂ ਕੋ ਟੋਲਕ ਇਹ ਕਿ ਪਿਸ ਪੜ ਨੇ ਉਸ ਨੂੰ ਸੀ ਸਾਈ ਆਗਰ ਇਹ ਪਤਾ ਕਰ ਤੋ ਕਰ ਤਾਂ ਦਾਨੇ ਦੇ ਖਰਾਬ ਕਰਾਉ ਨਾ ਤੋ ਯਾਰ ਆਓ ਦਾ ਖਰਾਬ ਕਰਾਉ ਦੱਸ ਪਤਾ ਕਰੋ ਜਿਹੜਾ ਬੰਦੇ ਕੋਲ ਤੁਸੀਂ ਸਿੱਧਾ ਕੰਟਰੋਲ ਦੇ ਨਾਲ ਵੀ ਤੁਸੀਂ ਜਿਹੜਾ ਤੁਸੀਂ ਦਾ ਰਸ ਕੱਟੋ ਖੜੇ ਤਾਂ ਵੀ ਕਮਾਂਡ ਜਿਹਨੂੰ ਤਾਂ ਜਾਣੇ ਦੁੱਖ ਚੱਕੇ ਸੀ ਆ ਤੋ ਦੀਸੇ ਬੁੱਧੀ ਦੀ ਸੇ ਉਹਨੇ ਦੋ ਜਿਹੜੇ ਇਸਤੇ ਪਾਤਾ ਜਿੱਦਾਂ ਰੋਸ ਹੀ ਤੁਸੀਂ ਇਸ ਪਾਤ ਦਾ ਵਧਿਆ ਦਾ ਜੁੜ ਕਾ ਦਾ ਵਧਿਆ ਦਾ ਜੁੜ ਕਾ ਹਾਂ ਜਿਹੜਾ ਬੰਦੇ ਕੋਲ ਤੁਸੀਂ ਦਾ ਵਧਿਆ ਦਾ ਜੁੜ ਕਾ ਤੇ ਉਹ ਸਾਹਮਣੇ ਡਾਕਟਰ ਨੂੰ ਦੇਖ ਲਈ ਡਾਕਟਰ ਨੂੰ ਦਾ ਬੁਲੇ ਕਾ ਕਰਾ ਅਬਰ ਉਹਨੇ ਕੋਈ ਸੇ ਕਰ ਇਹਦੇ ਨਾਲ ਬੰਦੇ ਕੋਲ ਦੇ ਤੁਸੀਂ ਜਨ ਇਸਕੇ ਦਾ ਕਮਾਂਡ ਸੇਸ ਕਮਾਂਡ ਸਟ੍ਰੇਟ ਤੇ ਤੇ ਪਰ ਇਸਤੀ ਟ੍ਰੇਲ ਉਹ ਰਾਈਟ ਸ਼ਾਰਟਕਟ ਕਰ ਰਹੀ ਜਿੰਗਲ ਮੈਂ ਉਹ ਉਸ ਤੋਂ ਲਾਗ ਦਾ ਰਸ ਕੇ ਸੰਭਾਵਨਾ ਦੇ ਦਾ ਕਿ ਸੇ ਉਹ ਉਸ ਤੋਂ ਫਾਰ ਐਗਜ਼ਾਮਪਲ ਜੇ ਸੇਮ ਰਹਾ ਤਾਂ ਉਹ ਤਾਂ ਕਰਕਾਮ ਸੋ ਉਹ ਤਾਂ ਦੇ ਦੇ ਦੌਰਾਨ ਕੋਈ ਇੱਕ ਨਹੀਂ ਮਿਲਦਾ ਉਹ ਤਾਂ ਦੇ ਦੇ ਜ਼ਰੂਰਤ ਦੇ ਦੇ ਨਾ ਹੁੰਦਾ ਫਾਰ ਐਗਜ਼ਾਮਪਲ ਇਹ ਦੇ ਨਹੀਂ ਨਾ ਰਹਾ ਤਾਂ ਆਪੋ ਕੰਮ ਰੁਕ ਲੋ ਤਾਂ ਬਣਾ ਖਰਚ ਕਰ ਤੁਮ ਕਮਾਈ ਜੋ ਉਹਨਾਂ ਸਟੇਜ ਕਮਾਂਡ ਦੀ ਕਿਸਤੀ ਦਾ ਹੋਏ ਉਹ ਤਾਂ ਸੇ ਪੁਆਇੰਟ ਦਾ ਕੇ ਹੋਏ ਦਾ ਉਹ ਦਾ ਇਸ ਸੈਕਸ਼ਨ ਨੂੰ ਦੇ ਦਿਆ ਤੁਸੀਂ ਦਾ ਸੈਕਸ਼ਨ ਨੂੰ ਦੇ ਵਿੱਚ ਉਹ ਹੋਏ ਇਹ ਨਾ ਬਾਅਦ ਵਿੱਚ ਕੋਈ ਤੁਹਾਨੂੰ ਸਟੇਜ ਕਮਾਂਡ ਦੀ ਤਾਂ ਕਿ ਸਹੀ ਉਹ ਤੋਂ ਹੁੰਦਾ ਤੇ ਕਮਾਂਡ ਇਹਨਾਂ ਬਾਅਦ ਠੀਕ ਜਦ ਤੁਸੀਂ ਦਾ ਸਕ੍ਰੈਪ ਲੈ ਕੇ ਤੁਸੀਂ ਇੰਟਰ ਵੇ ਦੀ ਇਹਨਾਂ ਬਾਅਦ ਵਿੱਚ ਕੀ ਕੋ ਦੇ ਤੋਂ ਸੇ ਵਰੀ ਕਿਸੇ ਦਾ ਤੇ ਤੁਸੀਂ ਸੇਮ ਰਾਉਂ ਲਈ ਇਹਦੇ ਵੇਲੇ ਬਿਠਾਉਂਦਾ ਹਾਂ ਠੀਕ ਹੈ ਜਰਾ ਬੋਲੋ ਤਾਂ ਜੇ ਤੱਕ ਤੁਸੀਂ ਪਿੰਛੇ ਕੋ ਨਾ ਬਣਾਈ ਸੀ ਪਿੰਛੇ ਕੋ ਦੇ ਤੋਂ ਸੇ ਵਰੀ ਕਸਰਾਂ ਦੇ ਕੰਮ ਕੁੜ ਲੋ ਦਾਸ ਕੇ ਸੰਤੋਖ ਕੁੜ ਦਾ ਆ ਗਿਆ ਸੀ ਦਾਸ ਕੇ ਸਮੇਂ ਤੋਂ ਸੇ ਉਹ ਲਈ ਇੰਟਰ ਵੇ ਦੀ ਇਹਨਾਂ ਬਾਅਦ ਤੁਸੀਂ ਇੰਟਰ ਹੋਏ ਇਹਨਾਂ ਬਾਅਦ ਤਾਂ ਨਹੀਂ ਤਾਂ ਵੀ ਲਿਖਿਆ ਹੁੰਦਾ ਪਤਾ ਨਹੀਂ ਕਿਉਂ ਕਰਦੇ ਜੀ ਪੱਲੀ ਕਿਹੜੀ ਦੀ ਕੋਲ ਕਿ ਤੁਸੀਂ 5 ਸੈਕਿੰਡ ਪੁਆਇੰਟ ਆਰ ਯੂਜ਼ ਫਸਟ ਪੁਆਇੰਟ ਇਸ ਆ ਡਿਸਪਲੇਸਮੈਂਟ ਡਿਸਪਲੇਸਮੈਂਟ ਕਰ ਕੇ ਫਿਰ ਨਾਲ ਇਦਾਂ ਜਿਵੇਂ ਤੁਸੀਂ ਮਸਰਾ 3 ਫੀਟ ਦੀ ਕੋਲ ਕਰ ਰਹੇ ਹੋ ਤੁਸੀਂ ਵੀ ਕੁਝ ਬਹੁਤ ਪਟੇ ਵੀ ਆਏ ਤੁਸੀਂ ਅਬੇ ਇਸ ਦੀ ਨੋ ਇਸ ਐਸ ਦੀ ਸਟ੍ਰੈਚ ਕਮਾਂਡ ਹਾਂ ਸਟ੍ਰੈਚ ਕਮਾਂਡ ਜਿਵੇਂ ਤੁਸੀਂ ਉਹਨਾਂ ਨੂੰ ਫਿਰ ਤੋਂ ਹੋ ਗਈ ਜਿਹੜਾ ਤੁਸੀਂ ਬਹੁਤ ਤੋਂ ਕੋਲ ਰਹੇ ਤਾਂ ਜਿਵੇਂ ਉਹਦੇ ਵਿੱਚ ਤੁਸੀਂ ਬੋਲ ਸੀ ਤੁਸੀਂ ਹਾਂ ਤਾਂ ਜੇ ਤਾਂ ਤੁਸੀਂ ਪੋਸਟ ਨਹੀਂ ਆਈ ਲੈ ਕੇ ਦਾ ਇੰਟਰਵਿਊ ਨਹੀਂ ਤੁਸੀਂ ਇਹਨਾਂ ਬਾਅਦ ਰੋਸ ਨਹੀਂ ਸਾਰੇ ਬੰਦੇ ਕੀ ਤਾਂ ਬਾਅਦ ਕਿਉਂ ਗਿਆ ਯਾਰ ਅਚੇਤਾ 5 ਫੀਟ ਤੋਂ ਸੇ ਵਾਇ ਦੇ ਬਾਅਦ ਤੁਸੀਂ ਤਾਂ ਮੇਰੇ ਇਸ ਨਾਲ ਇੰਪੋਰਟੈਂਟ ਸੀ ਜਦੋਂ ਮੈਂ ਦਾ ਰਿਹਾ ਉਹ ਇਸ ਨਾਲ ਰਿਲੇਟ ਇਸ ਨਾਲ ਤੁਸੀਂ ਮੈਂ ਸੇ ਬਰਾ ਬੰਦਾ ਸੀ ਜਿਸ ਬਰਾ ਮੁਸ਼ਕਿਲ ਤਾਂ ਇਸ ਤੇ ਮੈਂ ਇੱਥੇ ਵੀ ਆਈ ਤਾਂ ਦਾ ਵੀ ਰਾਖੀ ਇਹਨਾਂ ਬਾਅਦ ਇੰਟਰਵਿਊ ਸੀ ਆਉਂਦੇ ਪ੍ਰੋਜੈਕਟ ਸੀ ਪਰ ਉਹਨਾਂ ਦਾ ਰਿਸਟ ਕਰੀ ਟੂ ਡੇਸ ਆਵਾਜ਼ ਦਾ ਸੀ